ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੋਮਲ ਕਪੂਰ, ਤੁਸੀਂ ਦੇਖ ਰਹੇ ਹੋ ਚਾਹ ਪੰਜਾਬੀ। ਗ੍ਰੀਨ ਪਾਰਟੀ ਦੇ ਆਗੂ ਮਾਈਕ ਸ਼੍ਰੀਨਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦਾ ਅਸਲ ਸਮਾਂ June 2026 ਬਣਦਾ ਹੈ, ਪਰ ਨਾਮਜ਼ਦਗੀਆਂ ਦੇ ਲਈ ਕੀਤੀ ਜਾ ਰਹੀ ਕਾਲ ਤੋਂ ਹਾਲਾਤ ਸਪਸ਼ਟ ਹੋ ਚੁੱਕੇ ਨੇ ਕਿ ਚੋਣਾਂ ਵਿੱਚ ਵੱਧ ਤੋਂ ਵੱਧ ਇੱਕ ਸਾਲ ਦਾ ਸਮਾਂ ਰਹਿੰਦਿਆਂ ਨਾਮਜ਼ਦਗੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਜਾਂਦਾ ਹੈ, ਪਰ ਮੌਜੂਦਾ ਸਰਗਰਮੀਆਂ ਦੇ ਮੱਦੇਨਜ਼ਰ ਹਰ ਪਾਰਟੀ ਨੂੰ ਕਮਰ ਕਾਸਰ ਲੈਣੀ ਚਾਹੀਦੀ ਹੈ। ਲਿਬਰਲ ਆਗੂ ਬੋਨੀ ਕੁਰੰਬੀ ਸੂਬੇ ਦੇ ਦੌਰਾ ਕਰ ਚੁੱਕੇ ਨੇ ਅਤੇ ਮੌਜੂਦਾ ਵਿਧਾਇਕ ਸਣੇ ਸੰਭਾਵਿਤ ਉਮੀਦਵਾਰਾਂ ਦੀ ਸੂਚੀ ਉੱਤੇ ਗੌਰ ਕੀਤਾ ਜਾ ਰਿਹਾ ਹੈ। NDP ਦੇ ਵੱਲੋਂ 5 ਸਤੰਬਰ ਤੋਂ 7 ਸਤੰਬਰ ਦੇ ਦਰਮਿਆਨ ਨਾਮਜ਼ਦਗੀਆਂ ਬਾਰੇ ਮੀਟਿੰਗ ਕੀਤੀਆਂ ਜਾਣਗੀਆਂ, ਜਦਕਿ ਐਤਵਾਰ ਨੂੰ ਲਿਬਰਲ ਪਾਰਟੀ ਟੋਰੀਆ ਦੇ ਕਬਜ਼ੇ ਵਾਲੀਆਂ ਸੀਟਾਂ ਉੱਤੇ ਨਵੇਂ ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਉਤਾਰਨ ਦਾ ਸਿਲਸਿਲਾ ਆਰੰਭ ਕਰੇਗੀ। ਲਿਬਰਲ ਪਾਰਟੀ ਦੇ ਰਣਨੀਤੀਕਾਰ ਐਂਡਿਓ ਪੈਰਿਸ ਨੇ ਅਗਲੀਆਂ ਵਿਧਾਨ ਸਭਾ ਚੋਣਾਂ ਜਦੋਂ ਵੀ ਹੋਣ ਪਾਰਟੀ ਤਿਆਰ ਕਰੇਗੀ। ਉਹਨਾਂ ਅੱਗੇ ਕਿਹਾ ਕਿ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਸ਼ੋਸ਼ਾ ਵਿਰੋਧੀ ਧਿਰ ਨੂੰ ਡਾਵਾਂਡੋਲ ਕਰਨ ਦੀ ਸਾਜਿਸ਼ ਹੋ ਸਕਦੀ ਹੈ। ਲਿਬਰਲ ਪਾਰਟੀ ਦੇ ਵੱਲੋਂ ਡਰਾਮੇ ਅਤੇ ਉਮੀਦਵਾਰਾਂ ਨੂੰ ਅੱਗੇ ਲਿਆਂਦਾ ਜਾ ਰਿਹਾ, ਜਿਨ੍ਹਾਂ ਵਿੱਚੋਂ ਬਿਹਤਰੀਨ ਦੀ ਚੋਣ ਕੀਤੀ ਜਾਵੇਗੀ। ਚੇਤੇ ਰਹੇ ਕਿ ਪਿਛਲੇ ਦਿਨੀਂ ਟੋਰਟ ਸਮਿਥ ਦਾ ਮਹਿਕਮਾ ਬਦਲ ਕੇ ਸਿੱਖਿਆ ਮੰਤਰੀ ਬਣਾਏ ਜਾਣ ਦੇ ਮਗਰੋਂ ਉਹਨਾਂ ਨੇ ਮੰਤਰੀ ਦੀ ਕੁਰਸੀ ਅਤੇ ਵਿਧਾਇਕ ਦਾ ਅਹੁਦਾ ਦੋਵੇਂ ਛੱਡ ਦਿੱਤੇ। ਪ੍ਰੀਮੀਅਰ ਡਕਫੋਰਡ ਨੇ ਵੀ ਜ਼ਿਮਨੀ ਚੋਣਾਂ ਦਾ ਐਲਾਨ ਕਰਨ ਲੱਗਿਆ ਸਮਾਂ ਨਹੀਂ ਲਾਇਆ ਅਤੇ ਹੁਣ ਸਤੰਬਰ ਵਿੱਚ ਵੋਟਾਂ ਮੁੜ ਪੈਣਗੀਆਂ। ਜ਼ਿਮਨੀ ਚੋਣਾਂ ਤੋਂ ਲੈ ਕੇ ਲੋਕਾਂ ਦਾ ਰੁਝਾਨ ਪਤਾ ਲੱਗ ਜਾਵੇਗਾ ਅਤੇ ਇਸ ਤੋਂ ਬਾਅਦ ਹੀ ਮੱਧਕਾਲੀ ਚੋਣਾਂ ਬਾਰੇ ਕੋਈ ਫੈਸਲਾ ਸਾਹਮਣੇ ਆ ਸਕਦਾ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ 2025 ਦੀ ਬਸੰਤ ਰੁੱਤ ਵਿੱਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਨੇ, ਕਿਉਂਕਿ ਪ੍ਰੀਮੀਅਰ ਡਕਫੋਰਡ ਫੈਡਰਲ ਪੱਧਰ ਉੱਤੇ ਸੱਤਾ ਬਦਲਣ ਤੋਂ ਪਹਿਲਾਂ 4 ਸਾਲ ਦਾ ਕਾਰਜਕਾਲ ਮੁੜ ਹਾਸਲ ਕਰਨਾ ਚਾਹੁੰਦੇ ਨੇ। ਵੱਖ ਵੱਖ ਚੋਣ ਸਰਵੇਖਣਾਂ ਦੇ ਵਿੱਚ PC ਪਾਰਟੀ ਮਜ਼ਬੂਤ ਨਜ਼ਰ ਆ ਰਹੀ ਹੈ, ਪਰ ਗ੍ਰੀਨ ਬੈਲਟ ਸਕੈਂਡਲ ਦੇ ਨਾਲ ਸੰਬੰਧਿਤ ਕੋਈ ਗੁੱਜਾ ਭੇਤ ਸਾਹਮਣੇ ਆਇਆ ਹੈ ਤਾਂ ਲੋਕਾਂ ਵਿੱਚ ਨਾਰਾਜ਼ਗੀ ਪੈਦਾ ਹੋ ਸਕਦੀ ਹੈ। ਤੈਅ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਂਦਿਆਂ ਇਸ ਨਾਰਾਜ਼ਗੀ ਤੋਂ ਬਚਿਆ ਜਾ ਸਕਦਾ ਹੈ। ਪ੍ਰੀਮੀਅਰ ਡਕਫੋਰਡ ਸਾਫ ਲਫ਼ਜ਼ਾਂ ਵਿੱਚ ਆਖ ਚੁੱਕੇ ਨੇ ਕਿ ਓਨਟੋਰੀਓ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਫੈਡਰਲ ਹਲਕਾ ਬੰਦੀ ਮੁਤਾਬਕ ਨਹੀਂ ਹੋਣਗੀਆਂ ਅਤੇ 124 ਸੀਟਾਂ ਉੱਤੇ ਹੀ ਮੁਕਾਬਲਾ ਹੋਵੇਗਾ। 2017 ਦੇ ਵਿੱਚ ਲਾਗੂ ਰੀਪ੍ਰਜੈਂਟੇਸ਼ਨ ਐਕਟ ਮੁਤਾਬਕ ਸੂਬੇ ਦੀਆਂ 111 ਵਿਧਾਨ ਸਭਾ ਸੀਟਾਂ ਇਨ ਬਿਨ ਰੂਪ ਵਿੱਚ ਫੈਡਰਲ ਰਾਈਡਿੰਗਸ ਉੱਤੇ ਆਧਾਰਿਤ ਨੇ। ਇੱਥੇ ਦੱਸ ਦਈਏ ਕਿ ਓਨਟੋਰੀਓ ਦੇ ਵਿੱਚ 2007, 2011 ਅਤੇ 2014 ਦੀਆਂ ਚੋਣਾਂ ਦੌਰਾਨ 107 ਵਿਧਾਨ ਸਭਾ ਸੀਟਾਂ ਸਨ, ਜਦਕਿ 2018 ਅਤੇ 2022 ਦੇ ਵਿੱਚ ਸੀਟਾਂ ਵਧਾ ਕੇ 124 ਕਰ ਦਿੱਤੀਆਂ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।